ਤਾਂ ਪਰਿਵਾਰ ਗੁਆਂਢ ਦੇ ਵਿੱਚ ਅਖੰਡ ਪਾਠ ਦੇ ਭੋਗ ਤੇ ਗਿਆ ਸੀ। ਜਿਸ ਤੋਂ ਬਾਅਦ ਇੱਕ ਚੋਰ ਉਹਨਾਂ ਦੀ ਗਲੀ ਦੇ ਵਿੱਚ ਵੜਦਾ ਏ ਅਤੇ ਘਰ ਨੂੰ ਖਾਲੀ ਦੇਖ ਅੰਦਰ ਦਾਖਲ ਹੋ ਜਾਂਦਾ ਏ। ਬਾਅਦ ਦੇ ਵਿੱਚ ਇਹ ਚੋਰ ਬੋਰੇ ਦੇ ਵਿੱਚ ਭਰ ਕੇ ਪਰਿਵਾਰ ਦੇ ਗਹਿਣੇ ਅਤੇ ਕੈਸ਼ ਯਾਨੀ ਕਿ ਹਜ਼ਾਰਾਂ ਰੁਪਏ ਦੀ ਨਕਦੀ ਲੈ ਗਿਆ ਏ। ਤਾਂ ਬਟਾਲਾ ਦੇ ਪ੍ਰੇਮ ਨਗਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਏ। CCTV ਦੇ ਵਿੱਚ ਇਹ ਚੋਰ ਕੈਦ ਹੋਇਆ ਦੇਖ ਸਕਦੇ ਹੋ। ਪਹਿਲਾਂ ਘਰ ਦੇ ਅੱਗੇ ਲੰਘ ਜਾਂਦਾ ਹੈ, ਫਿਰ ਦੇਖਦਾ ਹੈ ਕਿ ਘਰ ਨੂੰ ਜਿੰਦਰਾ ਲੱਗਿਆ ਹੋਇਆ ਯਾਨੀ ਕਿ ਘਰ ਖਾਲੀ ਹੈ, ਤਾਂ ਘਰ ਦੇ ਅੰਦਰ ਵੜਦਾ ਹੈ। ਘਰ ਦੇ ਅੰਦਰ ਵੜ ਕੇ 50,000 ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੁੱਕ ਕੇ ਫਰਾਰ ਹੋ ਗਿਆ ਇਹ ਚੋਰ। CCTV ਦੇ ਵਿੱਚ ਕੈਦ ਹੋਇਆ ਹੈ, ਇੱਕ ਥਾਂ ਮਾਰਕੀਟ ਦੇ ਵਿੱਚ ਭੱਜਦਾ ਹੋਇਆ ਵੀ ਦਿਖਾਈ ਦਿੱਤਾ ਹੈ। ਹੱਥ ਦੇ ਵਿੱਚ ਇਸਨੇ ਬੋਰਾ ਫੜਿਆ ਹੋਇਆ ਹੈ, ਇਸੇ ਬੋਰੇ ਦੇ ਅੰਦਰ ਚੋਰੀ ਕੀਤਾ ਹੋਇਆ ਸਾਰਾ ਸਮਾਨ ਦੱਸਿਆ ਜਾ ਰਿਹਾ ਹੈ। ਤਾਂ ਬਟਾਲਾ ਦੇ ਪ੍ਰੇਮ ਨਗਰ ਦੇ ਵਿੱਚ ਦਿਨ ਦਿਹਾੜੇ ਚੋਰੀ ਹੋਈ ਹੈ। ਪੂਰਾ ਪਰਿਵਾਰ ਆਪਣੇ ਗੁਆਂਢ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਗਿਆ ਸੀ। ਤਾਂ ਇਹ ਚੋਰ ਮੌਕਾ ਦੇਖ ਕੇ ਉਹਨਾਂ ਦੇ ਘਰ 'ਚ ਵੜ ਜਾਂਦਾ ਹੈ ਅਤੇ ਉਹਨਾਂ ਨੂੰ ਵੱਡਾ ਚੂਨਾ ਲਗਾ ਜਾਂਦਾ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਬਟਾਲਾ ਦੇ ਪ੍ਰੇਮ ਨਗਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਦਿਹਾੜੇ ਚੋਰੀ ਹੋਈ ਹੈ। ਤਾਂ ਪਰਿਵਾਰ ਗੁਆਂਢ ਦੇ ਵਿੱਚ ਅਖੰਡ ਪਾਠ ਦੇ ਭੋਗ 'ਤੇ ਗਿਆ ਸੀ। ਜਿਸ ਤੋਂ ਬਾਅਦ ਇੱਕ ਚੋਰ ਉਹਨਾਂ ਦੀ ਗਲੀ ਦੇ ਵਿੱਚ ਵੜਦਾ ਏ ਅਤੇ ਘਰ ਨੂੰ ਖਾਲੀ ਦੇਖ ਅੰਦਰ ਦਾਖਲ ਹੋ ਜਾਂਦਾ ਏ। ਬਾਅਦ ਦੇ ਵਿੱਚ ਇਹ ਚੋਰ ਬੋਰੇ ਦੇ ਵਿੱਚ ਭਰ ਕੇ ਪਰਿਵਾਰ ਦੇ ਗਹਿਣੇ ਅਤੇ ਕੈਸ਼ ਯਾਨੀ ਕਿ ਹਜ਼ਾਰਾਂ ਰੁਪਏ ਦੀ ਨਕਦੀ ਲੈ ਗਿਆ ਏ। ਤਾਂ ਬਟਾਲਾ ਦੇ ਪ੍ਰੇਮ ਨਗਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਏ। CCTV ਦੇ ਵਿੱਚ ਇਹ ਚੋਰ ਕੈਦ ਹੋਇਆ ਦੇਖ ਸਕਦੇ ਹੋ। ਪਹਿਲਾਂ ਘਰ ਦੇ ਅੱਗੇ ਲੰਘ ਜਾਂਦਾ ਹੈ, ਫਿਰ ਦੇਖਦਾ ਹੈ ਕਿ ਘਰ ਨੂੰ ਜਿੰਦਰਾ ਲੱਗਿਆ ਹੋਇਆ ਯਾਨੀ ਕਿ ਘਰ ਖਾਲੀ ਹੈ, ਤਾਂ ਘਰ ਦੇ ਅੰਦਰ ਵੜਦਾ ਹੈ। ਘਰ ਦੇ ਅੰਦਰ ਵੜ ਕੇ 50,000 ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੁੱਕ ਕੇ ਫਰਾਰ ਹੋ ਗਿਆ ਇਹ ਚੋਰ। CCTV ਦੇ ਵਿੱਚ ਕੈਦ ਹੋਇਆ ਹੈ, ਇੱਕ ਥਾਂ ਮਾਰਕੀਟ ਦੇ ਵਿੱਚ ਭੱਜਦਾ ਹੋਇਆ ਵੀ ਦਿਖਾਈ ਦਿੱਤਾ ਹੈ। ਹੱਥ ਦੇ ਵਿੱਚ ਇਸਨੇ ਬੋਰਾ ਫੜਿਆ ਹੋਇਆ ਹੈ, ਇਸੇ ਬੋਰੇ ਦੇ ਅੰਦਰ ਚੋਰੀ ਕੀਤਾ ਹੋਇਆ ਸਾਰਾ ਸਮਾਨ ਦੱਸਿਆ ਜਾ ਰਿਹਾ ਹੈ। ਤਾਂ ਬਟਾਲਾ ਦੇ ਪ੍ਰੇਮ ਨਗਰ ਦੇ ਵਿੱਚ ਦਿਨ ਦਿਹਾੜੇ ਚੋਰੀ ਹੋਈ ਹੈ। ਪੂਰਾ ਪਰਿਵਾਰ ਆਪਣੇ ਗੁਆਂਢ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਗਿਆ ਸੀ। ਤਾਂ ਇਹ ਚੋਰ ਮੌਕਾ ਦੇਖ ਕੇ ਉਹਨਾਂ ਦੇ ਘਰ 'ਚ ਵੜ ਜਾਂਦਾ ਹੈ ਅਤੇ ਉਹਨਾਂ ਨੂੰ ਵੱਡਾ ਚੂਨਾ ਲਗਾ ਜਾਂਦਾ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਬਟਾਲਾ ਦੇ ਪ੍ਰੇਮ ਨਗਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਦਿਹਾੜੇ ਚੋਰੀ ਹੋਈ ਹੈ। ਤਾਂ ਪਰਿਵਾਰ ਗੁਆਂਢ ਦੇ ਵਿੱਚ ਅਖੰਡ ਪਾਠ ਦੇ ਭੋਗ 'ਤੇ ਗਿਆ ਸੀ। ਜਿਸ ਤੋਂ ਬਾਅਦ ਇੱਕ ਚੋਰ ਉਹਨਾਂ ਦੀ ਗਲੀ ਦੇ ਵਿੱਚ ਵੜਦਾ ਏ ਅਤੇ ਘਰ ਨੂੰ ਖਾਲੀ ਦੇਖ ਅੰਦਰ ਦਾਖਲ ਹੋ ਜਾਂਦਾ ਏ। ਬਾਅਦ ਦੇ ਵਿੱਚ ਇਹ ਚੋਰ ਬੋਰੇ ਦੇ ਵਿੱਚ ਭਰ ਕੇ ਪਰਿਵਾਰ ਦੇ ਗਹਿਣੇ ਅਤੇ ਕੈਸ਼ ਯਾਨੀ ਕਿ ਹਜ਼ਾਰਾਂ ਰੁਪਏ ਦੀ ਨਕਦੀ ਲੈ ਗਿਆ ਏ। ਤਾਂ ਬਟਾਲਾ ਦੇ ਪ੍ਰੇਮ ਨਗਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਏ। CCTV ਦੇ ਵਿੱਚ ਇਹ ਚੋਰ ਕੈਦ ਹੋਇਆ ਦੇਖ ਸਕਦੇ ਹੋ। ਪਹਿਲਾਂ ਘਰ ਦੇ ਅੱਗੇ ਲੰਘ ਜਾਂਦਾ ਹੈ, ਫਿਰ ਦੇਖਦਾ ਹੈ ਕਿ ਘਰ ਨੂੰ ਜਿੰਦਰਾ ਲੱਗਿਆ ਹੋਇਆ ਯਾਨੀ ਕਿ ਘਰ ਖਾਲੀ ਹੈ, ਤਾਂ ਘਰ ਦੇ ਅੰਦਰ ਵੜਦਾ ਹੈ। ਘਰ ਦੇ ਅੰਦਰ ਵੜ ਕੇ 50,000 ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੁੱਕ ਕੇ ਫਰਾਰ ਹੋ ਗਿਆ ਇਹ ਚੋਰ। CCTV ਦੇ ਵਿੱਚ ਕੈਦ ਹੋਇਆ ਹੈ, ਇੱਕ ਥਾਂ ਮਾਰਕੀਟ ਦੇ ਵਿੱਚ ਭੱਜਦਾ ਹੋਇਆ ਵੀ ਦਿਖਾਈ ਦਿੱਤਾ ਹੈ। ਹੱਥ ਦੇ ਵਿੱਚ ਇਸਨੇ ਬੋਰਾ ਫੜਿਆ ਹੋਇਆ ਹੈ, ਇਸੇ ਬੋਰੇ ਦੇ ਅੰਦਰ ਚੋਰੀ ਕੀਤਾ ਹੋਇਆ ਸਾਰਾ ਸਮਾਨ ਦੱਸਿਆ ਜਾ ਰਿਹਾ ਹੈ। ਤਾਂ ਬਟਾਲਾ ਦੇ ਪ੍ਰੇਮ ਨਗਰ ਦੇ ਵਿੱਚ ਦਿਨ ਦਿਹਾੜੇ ਚੋਰੀ ਹੋਈ ਹੈ। ਪੂਰਾ ਪਰਿਵਾਰ ਆਪਣੇ ਗੁਆਂਢ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਗਿਆ ਸੀ। ਤਾਂ ਇਹ ਚੋਰ ਮੌਕਾ ਦੇਖ ਕੇ ਉਹਨਾਂ ਦੇ ਘਰ 'ਚ ਵੜ ਜਾਂਦਾ ਏ ਅਤੇ ਉਹਨਾਂ ਨੂੰ ਵੱਡਾ ਚੂਨਾ ਲਗਾ ਜਾਂਦਾ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਬਟਾਲਾ ਦੇ ਪ੍ਰੇਮ ਨਗਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਦਿਹਾੜੇ ਚੋਰੀ ਹੋਈ ਹੈ।